ਹੈਲੋ ਫਰੈਂਡਸ ਅੱਜ ਆਪਾਂ ਆਧੁਨਿਕ ਪੰਜਾਬੀ ਸਾਹਿਤ ਬਾਰੇ ਕੁਐਸਚਨ ਆਨਸਰ ਕਰਨ ਲੱਗੇ ਹਾਂ ਹੈ ਪਹਿਲਾ ਕੁਐਸਚਨ ਹੈਗਾ ਗੁਰਮਤਿ ਰਸਵਾਦ ਕਿਸ ਦੇ ਜਿਆਦਾ ਨਜ਼ਦੀਕ ਹੈ ਗੁਰਮਤਿ ਰਸਵਾਦ ਪੂਰਵੀ ਚਿੰਤਨ ਪ੍ਰਣਾਲੀ ਦੇ ਜਿਆਦਾ ਨਜ਼ਦੀਕ ਹੈ ਆਹੜਾ ਆਪਸ਼ਨ ਸਾਡਾ ਸਹੀ ਹੋ ਜਾਊਗਾ ਇੱਥੇ ਨੈਕਸਟ ਹੈਗਾ ਡਾਕਟਰ ਦਿਵਾਨ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਰਸਵਾਦ ਨੂੰ ਕੀ ਗਿਆ ਡਾਕਟਰ ਦਿਵਾਨ ਸਿੰਘ ਨੇ ਸਾਨੂੰ ਇਹ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਪੁੱਛ ਲੈ ਜਾਂਦੇ ਲੈਂਦੇ ਆ ਵੀ ਡਾਕਟਰ ਦਿਵਾਨ ਸਿੰਘ ਨੇ ਜਾਂ ਇਹ ਪੁੱਛ ਲੈਣਗੇ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਰਹਾ ਸਵਾਲ ਨੂੰ ਡਾਕਟਰ ਦਿਵਾਨ ਸਿੰਘ ਨੇ ਕੀ ਕਿਹਾ ਤਾਂ ਇਹਦੇ ਵਿੱਚ ਸ ਜਿਹੜਾ ਆਪਸ਼ਨ ਸਾਡੀ ਸਹੀ ਹੋ ਜੂਗੀ ਗੁਰੂ ਦਾ ਸਵਾਲ ਕਿਹਾ ਡਾਕਟਰ ਦਿਵਾਨ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਰਹਾ ਸਵਾਲ ਨੂੰ ਨੈਕਸਟ ਕੁਐਸਚਨ ਹੈਗਾ ਕਟ ਕਟ ਮੈਂ ਹਰ ਜੀਉ ਬਸੈ ਇਹ ਪੰਕਤੀ ਦਾ ਕੀ ਅਰਥ ਹੈ ਇਸ ਦਾ ਅਰਥ ਹੈ ਜੀ ਰੱਬ ਦੀ ਸਰਵ ਵਿਆਪਕਤਾ ਅਤੇ ਸਾਂਝੀ ਵਾਲਤਾ ਇਸ ਦਾ ਕੀ ਹੈ ਅਰਥ ਹੈਗਾ ਰੱਬ ਦੀ ਸਰਵ ਵਿਆਪਕਤਾ ਅਤੇ ਸਾਂਝੀ ਵਾਲਤਾ ਆਹਡਾ ਆਪਸ਼ਨ ਸਾਡਾ ਸਹੀ ਹੋ ਜਾਊਗਾ ਕਟ ਕਟ ਮੈਂ ਹਰ ਜੂ ਬਸੈ ਹਰ ਜੀਉ ਬਸੈ ਇਹ ਪੰਕਤੀ ਗੁਰੂ ਤੇਗ ਬਹਾਦਰ ਜੀ ਦੀ ਹੈ ਇਹ ਪੰਕਤੀ ਕਿਦੀ ਹੈ ਗੁਰੂ ਤੇਗ ਬਹਾਦਰ ਜੀ ਦੀ ਗੁਰੂ ਤੇਗ ਬਹਾਦਰ ਜੀ ਦੀ ਪੰਕਤੀ ਹੈ ਇਹ ਨੈਕਸਟ ਕੁਐਸਚਨ ਹੈਗਾ ਸੂਫੀ ਰਸਵਾਦ ਅਨੁਸਾਰ ਰੂਹ ਦੇ ਅਸਲੀ ਟਿਕਾਣੇ ਨੂੰ ਕਿਹਾ ਜਾਂਦਾ ਹੈ ਸੂਫੀ ਰਸਵਾਦ ਅਨੁਸਾਰ ਰੂਹ ਦੇ ਅਸਲੀ ਟਿਕਾਣੇ ਨੂੰ ਆਲਮ-ਏ-ਇਜ਼ਾਤ ਕਿਹਾ ਜਾਂਦਾ ਹੈ ਉਡ ਆਪਸ਼ਨ ਸਾਡਾ ਇੱਥੇ ਸਹੀ ਹੋ ਜਾਊਗਾ ਨੈਕਸਟ ਕੁਐਸਚਨ ਹੈਗਾ ਐਨਸਾਈਕਲੋਪੀਡੀਆ ਆਫ ਲੀਜ਼ਨ ਐਂਡ ਐਥਿਕਸ ਅਨੁਸਾਰ ਰਸਵਾਦ ਮਨੁੱਖੀ ਆਤਮਾ ਦੇ ਪਰਮਾਤਮਾ ਦੇ ਨਾਲ ਸੰਬੰਧਾਂ ਦਾ ਕਿਹੜਾ ਸਿਧਾਂਤ ਹੈ ਇਸ ਦਾ ਅੰਤ ਹੈਗਾ ਜੀ ਇਤਿਹਾਸਕ ਸਿਧਾਂਤ ਰਸਵਾਦ ਦਾ ਤੇ ਆਤਮਾ ਦੇ ਪਰਮਾਤਮਾ ਨਾਲ ਸੰਹਾਂ ਦਾ ਕਿਹੜਾ ਸਿਧਾਂਤ ਹੈ ਰਸਵਾਦ ਉਡ ਆਪਸ਼ਨ ਸਾਡਾ ਸਹੀ ਹੋ ਜਾਊਗਾ ਇੱਥੇ ਨੈਕਸਟ ਕੁਐਸਚਨ ਹੈਗਾ ਪੰਜਾਬੀ ਸਾਹਿਤ ਦਾ ਪਿਤਾਮਾ ਹੈ ਪੰਜਾਬੀ ਸਾਹਿਤ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਤਾਂ ਬਾਬਾ ਫਰੀਦ ਜੀ ਨੂੰ ਪੰਜਾਬੀ ਸਾਹਿਤ ਦਾ ਪਿਤਾਮਾ ਕਿਹਾ ਜਾਂਦਾ ਸੋ ਇਹ ਸੀ ਆਪਣੀ ਵੀਡੀਓ ਦਾ ਪਹਿਲਾ ਪਾਰਟ ਤਾਂ ਆਪਾਂ ਇਸੇ ਤਰ੍ਹਾਂ ਹੀ ਹੋਰ ਨੈਕਸਟ ਵੀਡੀਓ ਲੈ ਕੇ ਆਉਂਦੇ ਰਵਾਂਗੇ ਸਾਰੇ ਕੰਪੀਟੀਟਿਵ ਇਗਜ਼ਾਮ ਦੇ ਲਈ ਵੀਡੀਓ ਬਣਾਈ ਗਈ ਹੈ ਆਧੁਨਿਕ ਪੰਜਾਬੀ ਸਾਹਿਦ ਦੇ ਨਾਲ ਰਿਲੇਟਡ 11000 ਰੱਪੇ ਕੁਐਸਚਨ ਕਰਾਂਗੇ ਆਈ ਹੋਪ ਤੁਹਾਨੂੰ ਵਧੀਆ ਲੱਗੀ ਹੋਊਗੀ ਧੰਨਵਾਦ